ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਕੇ ਗੁਰਬਾਣੀ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲੇ ਘੋੜੇ ਤੇ ਸਵਾਰ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੂਹ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਨੀਲੇ ਰੰਗ ਦਾ ਘੋੜਾ ਰੱਖਦੇ ਸੀ ਇਸ ਨੀਲੇ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਜਾਂ ਕਿਸੇ ਗੁਰਮੁਖ ਪਿਆਰੇ ਦੇ ਘਰ ਜਾਂਦੇ ਸਨ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ ਅਤੇ ਖੁਸ਼ੀਆਂ ਦਿੰਦੇ ਸਨ ਕਈ ਕਵੀ ਜਾਂ ਗੀਤਕਾਰਾਂ ਨੇ ਬਹੁਤ ਹੀ ਸੋਹਣੇ ਗੀਤ ਲਿਖੇ ਅਤੇ ਗਾਏ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ ਉਹਨਾਂ ਦੇ ਦਾਦਾ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਆਉਣ ਵਾਲੇ ਸਮੇਂ ਲਈ ਹਥਿਆਰਾਂ ਤੇ ਘੋੜਿਆਂ ਦੀ ਤਿਆਰੀ ਵਿੱਚ ਪ੍ਰਸ਼ਾਦ ਬਣਾਉਣ ਲਈ ਨਿਰਦੇਸ਼ ਦਿੱਤਾ ਉਸੇ ਪ੍ਰਤੀ ਆਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਘੱਟ ਉਮਰ ਤੋਂ ਹੀ ਭਾਈ ਕ੍ਰਿਸ਼ਨ ਚੰਦੇ ਮਾਰਗਦਰਸ਼ਨ ਵਿੱਚ ਘੋੜਸਵਾਰੀ ਦੀ ਕਲਾ ਸਿੱਖੀ ਅਤੇ ਜੋਹਰ ਦਿਖਾਇਆ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਘੋੜੇ ਦਾ ਸਵਾਰ ਆਖਦੇ ਹਨ ਜਿਵੇਂ ਜਿਵੇਂ ਗੁਰੂ ਸਾਹਿਬ ਵੱਡੇ ਹੋਏ ਇੱਕ ਨਪੁੰਨ ਘੋੜਸਵਾਰ ਬਣ ਗਏ ਸਨ ਅੱਜ ਵੀ ਹਜੂਰ ਸਾਹਿਬ ਨਦੇੜ ਵਿੱਚ ਘੋੜਿਆਂ ਦੀ ਵੰਸ਼ਾਵਲੀ ਜਾਰੀ ਹੈ ਅਸ਼ਟਵਲ ਵਿੱਚ ਗੁਰੂ ਸਾਹਿਬ ਦੀ ਮੂਲ ਘੋੜੇ ਨੂੰ ਬੜੇ ਪਿਆਰ ਨਾਲ ਪਾਲਿਆ ਅਤੇ ਸੇਵਾ ਕੀਤੀ ਜਾਂਦੀ ਹੈ ਅੱਜ ਵੀ ਨਦੇੜ ਵਿੱਚ ਨੀਲੇ ਰੰਗ ਦਾ ਗਰੋਹ ਸਫੇਦ ਰੰਗ ਵਿੱਚ ਅੱਜ ਵੀ ਘੋੜਾ ਮੌਜੂਦ ਹੈ ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਹਨ ਕਿਸੇ ਨੂੰ ਵੀ ਘੋੜਿਆਂ ਦੀ ਸਵਾਰੀ ਦੀ ਆਗਿਆ ਨਹੀਂ ਉਹਨਾਂ ਨੂੰ ਹੌਲਾ-ਮੱਲਾ ਗੁਰਪੁਰਬ ਤੇ ਘੋੜਿਆਂ ਨੂੰ ਬਾਹਰ ਲਿਆਇਆ ਜਾਂਦਾ ਹੈ ਉਸ ਘੋੜੇ ਤੇ ਬਹੁਤ ਪਸੀਨਾ ਹੁੰਦਾ ਹੈ ਦਰਸ਼ਨ ਕਰਨ ਵਾਲਿਆਂ ਸੰਗਤਾਂ ਨੂੰ ਇੰਜ ਜਾਪਦਾ ਹੈ ਜਿਸ ਤਰ੍ਹਾਂ ਸਤਿਗੁਰ ਜੀ ਆਪ ਹੀ ਘੋੜੇ ਤੇ ਸਵਾਰ ਹੋ ਕੇ ਨਗਰ ਕੀਰਤਨ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਅਤੇ ਨਿਹਾਲ ਕਰਦੇ ਹਨ ਅੱਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਵੀਡੀਓ ਅੱਛੀ ਲਗੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਔਰ ਬੈਲ ਆਈਕਨ ਵੀ ਦਵਾ ਲੈਣਾ ਔਰ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ